35 ਲੱਖ ਦੇ ਕਾਲੇ ਛੋਲਿਆਂ ਦੇ ਨਾਲ ਭਰੇ ਟਰੱਕ ਨੂੰ ਪੁਲਿਸ ਦੇ ਵੱਲੋਂ ਬਰਾਮਦ ਕਰ ਲਿਆ ਗਿਆ। ਦਰਅਸਲ ਮਾਮਲਾ ਕੁਝ ਇਸ ਤਰ੍ਹਾਂ ਹੈ ਕਿ ਜਦੋਂ ਰਾਜਸਥਾਨ ਤੋਂ ਇੱਕ ਟਰੱਕ ਕਾਲੇ ਛੋਲੇ ਭਰ ਕੇ ਪੰਜਾਬ ਦੇ ਵਿੱਚ ਲਿਆ ਰਿਹਾ ਸੀ ਤਾਂ ਰਾਹ ਦੇ ਵਿੱਚ ਉਹਨਾਂ ਨੇ ਆਪਣੀ ਗੱਡੀ ਰੋਕ ਕੇ ਖਾਣਾ ਖਾਣ ਤੋਂ ਬਾਅਦ ਜਦੋਂ ਚਾਲਕ ਅਤੇ ਕੰਡਕਟਰ ਨੇ ਆਰਾਮ ਕਰਨ ਦੀ ਸੋਚੀ ਤਾਂ ਰਾਹ ਦੇ ਵਿੱਚ ਜਿੱਥੇ ਉਹਨਾਂ ਨੇ ਗੱਡੀ ਲਾਈ ਸੀ ਤਾਂ ਉੱਥੇ ਕੁਝ ਲੁਟੇਰੇ ਉਸ ਟਰੱਕ ਦੇ ਵਿੱਚ ਚੜ੍ਹਦੇ ਨੇ। ਹਾਲਾਂਕਿ ਉਹਨਾਂ ਦੇ ਵੱਲੋਂ ਟਰੱਕ ਦੇ ਵਿੱਚ ਚੜ੍ਹਨ ਤੋਂ ਬਾਅਦ ਟਰੱਕ ਖੁਦ ਹੀ ਚਲਾਇਆ ਜਾਂਦਾ ਹੈ ਅਤੇ ਜੋ ਡਰਾਈਵਰ ਅਤੇ ਕੰਡਕਟਰ ਨਾਲ ਬੈਠੇ ਹੁੰਦੇ ਨੇ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ। ਹਾਲਾਂਕਿ ਇਹੀ ਕੁੱਟਮਾਰ ਨਹੀਂ ਬਲਕਿ ਉਹਨਾਂ ਨੂੰ ਇੱਕ ਥਾਂ ਦੇ ਉੱਤੇ ਆ ਕੇ ਰਸਤੇ ਦੇ ਵਿੱਚ ਹੀ ਉਹਨਾਂ ਦੇ ਮੂੰਹ 'ਤੇ ਕੱਪੜਾ ਬੰਨ੍ਹ ਕੇ ਅਤੇ ਹੱਥ ਪੈਰ ਬੰਨ੍ਹ ਕੇ ਸੂਏ ਦੇ ਕਿਨਾਰੇ ਦੇ ਵਿੱਚ 'ਤੇ ਸੁੱਟ ਦਿੱਤਾ ਜਾਂਦਾ। ਹਾਲਾਂਕਿ ਬੜੀ ਮੁਸ਼ਕਲ ਦੇ ਨਾਲ ਜਦੋਂ ਡਰਾਈਵਰ ਅਤੇ ਕੰਡਕਟਰ ਦੇ ਵੱਲੋਂ ਆਪਣੇ ਮਾਲਕ ਨੂੰ ਇਸ ਘਟਨਾ ਬਾਰੇ ਸੂਚਿਤ ਕੀਤਾ ਜਾਂਦਾ ਤਾਂ ਮਾਲਕ ਦੇ ਵੱਲੋਂ ਤੁਰੰਤ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਾਂਦੀ ਹੈ। ਪੁਲਿਸ ਜਦੋਂ ਹਰਕਤ ਦੇ ਵਿੱਚ ਆਉਂਦੀ ਹੈ ਤਾਂ 24 ਘੰਟਿਆਂ ਦੇ ਵਿੱਚ 4 ਲੁਟੇਰਿਆਂ ਅਤੇ ਕਾਲੇ ਛੋਲਿਆਂ ਦੇ ਨਾਲ ਭਰੇ ਹੋਏ ਇਸ ਟਰੱਕ ਨੂੰ ਬਰਾਮਦ ਕਰ ਲਿਆ। ਦੱਸ ਦਈਏ ਕਿ ਕੀਮਤ ਇਸ ਦੀ 35 ਲੱਖ ਰੁਪਏ ਦੱਸੀ ਜਾ ਰਹੀ ਹੈ ਅਤੇ ਹੁਣ ਟਰੱਕ ਦੇ ਮਾਲਕ ਵੱਲੋਂ ਵੀ ਪੰਜਾਬ ਪੁਲਿਸ ਦਾ ਧੰਨਵਾਦ ਕੀਤਾ ਗਿਆ ਕਿ ਜਿਨ੍ਹਾਂ ਨੇ ਉਸਦਾ ਵੱਡਾ ਨੁਕਸਾਨ ਹੋਣ ਤੋਂ ਬਚਾ ਕਰ ਲਿਆ। ਤਾਂ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ। ਅੰਮ੍ਰਿਤਸਰ ਤੋਂ ਬਾਰਡਰ ਦੇ ਉੱਤੇ ਕਿਹਾ ਜਾ ਰਿਹਾ ਕਿ ਇਸ ਟਰੱਕ ਦੀ ਰਿਕਵਰੀ ਹੋਈ ਹੈ। 20 ਲੱਖ ਰੁਪਏ ਦੇ ਇਸ ਦੇ ਵਿੱਚ ਕਾਲੇ ਛੋਲੇ ਸਨ ਅਤੇ 15 ਲੱਖ ਰੁਪਏ ਇਸ ਟਰੱਕ ਦੀ ਕੀਮਤ ਦੱਸੀ ਜਾ ਰਹੀ ਹੈ। ਕੁੱਲ 35 ਲੱਖ ਰੁਪਏ ਦਾ ਇਸ ਮਾਲਕ ਦਾ ਨੁਕਸਾਨ ਹੋਣਾ ਸੀ ਪਰ ਪੁਲਿਸ ਦੀ ਮੁਸਤੈਦੀ ਨੇ ਇਸ ਨੂੰ ਬਚਾ ਲਿਆ। ਤਾਂ ਦੱਸ ਦਈਏ ਕਿ 4 ਲੁਟੇਰਿਆਂ ਨੂੰ ਵੀ ਪੁਲਿਸ ਦੇ ਵੱਲੋਂ ਕਾਬੂ ਕਰ ਲਿਆ। ਹਾਲਾਂਕਿ ਇਹੀ ਨਹੀਂ, ਜਦੋਂ ਡਰਾਈਵਰ ਅਤੇ ਕੰਡਕਟਰ ਨੂੰ ਰਾਹ ਦੇ ਵਿੱਚ ਸੂਏ 'ਤੇ ਉਤਾਰਿਆ ਗਿਆ ਤਾਂ ਪਿੱਛੋਂ ਦੀ ਆ ਰਹੀ ਇੱਕ ਗੱਡੀ ਦੇ ਵਿੱਚ ਕੁਝ ਹੋਰ ਲੁਟੇਰਿਆਂ ਦੇ ਨਾਲ 2 ਲੁਟੇਰੇ ਉਤਰਦੇ ਨੇ ਟਰੱਕ ਦੇ ਵਿੱਚੋਂ ਅਤੇ ਉਹ ਗੱਡੀ ਦੇ ਵਿੱਚ ਬੈਠ ਕੇ ਫਰਾਰ ਹੋ ਜਾਂਦੇ ਨੇ। ਜਦਕਿ 2 ਲੁਟੇਰੇ ਟਰੱਕ ਨੂੰ ਲੈ ਕੇ ਅੰਮ੍ਰਿਤਸਰ ਵੱਲ ਨੂੰ ਪਹੁੰਚਦੇ ਨੇ ਤਾਂ ਪੁਲਿਸ ਜਦੋਂ ਹਰਕਤ ਦੇ ਵਿੱਚ ਆਉਂਦੀ ਹੈ ਤਾਂ ਪਾਕਿਸਤਾਨ ਦੇ ਬਿਲਕੁਲ ਨੇੜੇ ਤੋਂ ਬਾਰਡਰ ਦੇ ਉੱਤੋਂ ਤੀ ਕਿਹਾ ਜਾ ਰਿਹਾ ਕਿ ਇਸ ਟਰੱਕ ਦੀ ਰਿਕਵਰੀ ਹੋਈ ਹੈ ਤੇ ਹੁਣ ਟਰੱਕ ਦੇ ਮਾਲਕ ਦੇ ਵੱਲੋਂ ਵੀ ਪੰਜਾਬ ਪੁਲਿਸ ਦਾ ਧੰਨਵਾਦ ਕੀਤਾ ਗਿਆ। 35 ਲੱਖ ਦੇ ਕਾਲੇ ਛੋਲਿਆਂ ਦੇ ਨਾਲ ਭਰੇ ਟਰੱਕ ਨੂੰ ਪੁਲਿਸ ਦੇ ਵੱਲੋਂ ਬਰਾਮਦ ਕਰ ਲਿਆ ਗਿਆ। ਦਰਅਸਲ ਮਾਮਲਾ ਕੁਝ ਇਸ ਤਰ੍ਹਾਂ ਹੈ ਕਿ ਜਦੋਂ ਰਾਜਸਥਾਨ ਤੋਂ ਇੱਕ ਟਰੱਕ ਕਾਲੇ ਛੋਲੇ ਭਰ ਕੇ ਪੰਜਾਬ ਦੇ ਵਿੱਚ ਲਿਆ ਰਿਹਾ ਸੀ ਤਾਂ ਰਾਹ ਦੇ ਵਿੱਚ ਉਹਨਾਂ ਨੇ ਆਪਣੀ ਗੱਡੀ ਰੋਕ ਕੇ ਖਾਣਾ ਖਾਣ ਤੋਂ ਬਾਅਦ ਜਦੋਂ ਚਾਲਕ ਅਤੇ ਕੰਡਕਟਰ ਨੇ ਆਰਾਮ ਕਰਨ ਦੀ ਸੋਚੀ ਤਾਂ ਰਾਹ ਦੇ ਵਿੱਚ ਜਿੱਥੇ ਉਹਨਾਂ ਨੇ ਗੱਡੀ ਲਾਈ ਸੀ ਤਾਂ ਉੱਥੇ ਕੁਝ ਲੁਟੇਰੇ ਉਸ ਟਰੱਕ ਦੇ ਵਿੱਚ ਚੜ੍ਹਦੇ ਨੇ। ਹਾਲਾਂਕਿ ਉਹਨਾਂ ਦੇ ਵੱਲੋਂ ਟਰੱਕ ਦੇ ਵਿੱਚ ਚੜ੍ਹਨ ਤੋਂ ਬਾਅਦ ਟਰੱਕ ਖੁਦ ਹੀ ਚਲਾਇਆ ਜਾਂਦਾ ਹੈ ਅਤੇ ਜੋ ਡਰਾਈਵਰ ਅਤੇ ਕੰਡਕਟਰ ਨਾਲ ਬੈਠੇ ਹੁੰਦੇ ਨੇ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ। ਹਾਲਾਂਕਿ ਇਹੀ ਕੁੱਟਮਾਰ ਨਹੀਂ ਬਲਕਿ ਉਹਨਾਂ ਨੂੰ ਇੱਕ ਥਾਂ ਦੇ ਉੱਤੇ ਆ ਕੇ ਰਸਤੇ ਦੇ ਵਿੱਚ ਹੀ ਉਹਨਾਂ ਦੇ ਮੂੰਹ 'ਤੇ ਕੱਪੜਾ ਬੰਨ੍ਹ ਕੇ ਅਤੇ ਹੱਥ ਪੈਰ ਬੰਨ੍ਹ ਕੇ ਸੂਏ ਦੇ ਕਿਨਾਰੇ ਦੇ ਵਿੱਚ 'ਤੇ ਸੁੱਟ ਦਿੱਤਾ ਜਾਂਦਾ। ਹਾਲਾਂਕਿ ਬੜੀ ਮੁਸ਼ਕਲ ਦੇ ਨਾਲ ਜਦੋਂ ਡਰਾਈਵਰ ਅਤੇ ਕੰਡਕਟਰ ਦੇ ਵੱਲੋਂ ਆਪਣੇ ਮਾਲਕ ਨੂੰ ਇਸ ਘਟਨਾ ਬਾਰੇ ਸੂਚਿਤ ਕੀਤਾ ਜਾਂਦਾ ਤਾਂ ਮਾਲਕ ਦੇ ਵੱਲੋਂ ਤੁਰੰਤ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਾਂਦੀ ਹੈ। ਪੁਲਿਸ ਜਦੋਂ ਹਰਕਤ ਦੇ ਵਿੱਚ ਆਉਂਦੀ ਹੈ ਤਾਂ 24 ਘੰਟਿਆਂ ਦੇ ਵਿੱਚ 4 ਲੁਟੇਰਿਆਂ ਅਤੇ ਕਾਲੇ ਛੋਲਿਆਂ ਦੇ ਨਾਲ ਭਰੇ ਹੋਏ ਇਸ ਟਰੱਕ ਨੂੰ ਬਰਾਮਦ ਕਰ ਲਿਆ। ਦੱਸ ਦਈਏ ਕਿ ਕੀਮਤ ਇਸ ਦੀ 35 ਲੱਖ ਰੁਪਏ ਦੱਸੀ ਜਾ ਰਹੀ ਹੈ ਅਤੇ ਹੁਣ ਟਰੱਕ ਦੇ ਮਾਲਕ ਵੱਲੋਂ ਵੀ ਪੰਜਾਬ ਪੁਲਿਸ ਦਾ ਧੰਨਵਾਦ ਕੀਤਾ ਗਿਆ ਕਿ ਜਿਨ੍ਹਾਂ ਨੇ ਉਸਦਾ ਵੱਡਾ ਨੁਕਸਾਨ ਹੋਣ ਤੋਂ ਬਚਾ ਕਰ ਲਿਆ। ਤਾਂ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ। ਅੰਮ੍ਰਿਤਸਰ ਤੋਂ ਬਾਰਡਰ ਦੇ ਉੱਤੇ ਕਿਹਾ ਜਾ ਰਿਹਾ ਕਿ ਇਸ ਟਰੱਕ ਦੀ ਰਿਕਵਰੀ ਹੋਈ ਹੈ। 20 ਲੱਖ ਰੁਪਏ ਦੇ ਇਸ ਦੇ ਵਿੱਚ ਕਾਲੇ ਛੋਲੇ ਸਨ ਅਤੇ 15 ਲੱਖ ਰੁਪਏ ਇਸ ਟਰੱਕ ਦੀ ਕੀਮਤ ਦੱਸੀ ਜਾ ਰਹੀ ਹੈ। ਕੁੱਲ 35 ਲੱਖ ਰੁਪਏ ਦਾ ਇਸ ਮਾਲਕ ਦਾ ਨੁਕਸਾਨ ਹੋਣਾ ਸੀ ਪਰ ਪੁਲਿਸ ਦੀ
ਮੁਸਤੈਦੀ ਨੇ ਇਸ ਨੂੰ ਬਚਾ ਲਿਆ ਤਾਂ ਦੱਸ ਦਈਏ ਕਿ ਚਾਰੋਂ ਲੁਟੇਰਿਆਂ ਨੂੰ ਵੀ ਪੁਲਿਸ ਦੇ ਵੱਲੋਂ ਕਾਬੂ ਕਰ ਲਿਆ। ਹਾਲਾਂਕਿ ਇਹ ਨਹੀਂ, ਜਦੋਂ ਡਰਾਈਵਰ ਅਤੇ ਕੰਡਕਟਰ ਨੂੰ ਰਾਹ ਦੇ ਵਿੱਚ ਸੂਏ ਤੇ ਉਤਾਰਿਆ ਗਿਆ ਤਾਂ ਪਿੱਛੋਂ ਦੀ ਆ ਰਹੀ ਇੱਕ ਗੱਡੀ ਦੇ ਵਿੱਚ ਕੁਝ ਹੋਰ ਲੁਟੇਰਿਆਂ ਦੇ ਨਾਲ ਦੋ ਲੁਟੇਰੇ ਉਤਰਦੇ ਨੇ ਟਰੱਕ ਦੇ ਵਿੱਚੋਂ ਤੇ ਉਹ ਗੱਡੀ ਦੇ ਵਿੱਚ ਬੈਠ ਕੇ ਫਰਾਰ ਹੋ ਜਾਂਦੇ ਨੇ, ਜਦਕਿ ਦੋ ਲੁਟੇਰੇ ਟਰੱਕ ਨੂੰ ਲੈ ਕੇ ਅੰਮ੍ਰਿਤਸਰ ਵੱਲ ਨੂੰ ਪਹੁੰਚਦੇ ਨੇ ਤਾਂ ਪੁਲਿਸ ਜਦੋਂ ਹਰਕਤ ਦੇ ਵਿੱਚ ਆਉਂਦੀ ਹੈ ਤਾਂ ਪਾਕਿਸਤਾਨ ਦੇ ਬਿਲਕੁਲ ਨੇੜੇ ਤੋਂ ਬਾਰਡਰ ਦੇ ਉੱਤੋਂ ਤੀ ਕਿਹਾ ਜਾ ਰਿਹਾ ਕਿ ਇਸ ਟਰੱਕ ਦੀ ਰੀਕਵਰੀ ਹੋਈ ਹੈ ਤੇ ਹੁਣ ਟਰੱਕ ਦੇ ਮਾਲਕ ਦੇ ਵੱਲੋਂ ਵੀ ਪੰਜਾਬ ਪੁਲਿਸ ਦਾ ਧੰਨਵਾਦ ਕੀਤਾ ਗਿਆ।